ਬਿਆਨ ਨਾਲ ਕੁਝ ਲੋਕ ਇੰਜਦੇ ਵੀ ਨੇ ਜਿਨ੍ਹਾਂ ਨਬੀ ਪਾਕ ਦਾ ਦੌਰ ਵੀ ਪਾਇਆ ਕਲਮਾ ਵੀ ਪੜਿਆ ਲੇਕਿਨ ਨਬੀ ਪਾਕ ਨਾਲ ਮੁਲਾਕਾਤ ਨਹੀਂ ਹੋ ਸਕੀ ਮੈਂ ਜੁਮਲਾ ਦੁਬਾਰਾ ਦੁਹਰਾਣ ਲੱਗਾ ਇੰਜਦੇ ਲੋਕ ਜਿਨ੍ਹਾਂ ਹਜ਼ੂਰ ਦਾ ਕਲਮਾ ਵੀ ਪੜਿਆ ਆਪ ਦਾ ਦੌਰ ਵੀ ਪਾਇਆ ਲੇਕਿਨ ਨਬੀ ਪਾਕ ਨਾਲ ਮੁਲਾਕਾਤ ਨਹੀਂ ਹੋ ਸਕੀ ਇੰਜਦੇ ਕੁੱਲ ਬੰਦਿਆਂ ਦੀ ਤਦਾਦ 28 ਬੰਦੇ ਨੇ ਜਿਨ੍ਹਾਂ ਹਜ਼ੂਰ ਦਾ ਕਲਮਾ ਵੀ ਪੜਿਆ ਦੌਰ ਵੀ ਪਾਇਆ ਲੇਕਿਨ ਆਪਣਾ ਮੁਲਾਕਾਤ ਨਹੀਂ ਹੋ ਸਕੀ ਇਨਾ ਦਰਸਰੇ ਫਰਿਸ਼ਤ ਸੈਯਦਨਾ ਅਵੈਸ ਕਰਨੀ ਰਹਿਮਤੁਲਾਹ ਅਲੈ ਮੈਂ ਅਰਜ਼ ਕਰਨਾ ਚਾਹਨਾ ਸਹਾਬਾ ਨਾਲ ਮੁਲਾਕਾਤ ਕਰਨ ਵਾਲਾ ਤਾਬੀ ਏ ਮਾਂ ਦੀ ਖਿਦਮਤ ਦੀ ਵਜ੍ਹਾ ਨਾਲ ਅੱਲਾਹ ਪਾਕ ਨੇ ਇਤਨਾ ਮੁਕਾਮ ਦਿੱਤਾ ਹਜ਼ਰਤ ਉਮਰ ਪੁੱਛਦੇ ਨੇ ਮਾਂ ਦਾ ਕੀ ਬਣਿਆ ਫਰਮਾਇਆ ਮੈਂ ਅੰਮੀ ਦਾ ਖਿਦਮਤ ਗੁਜ਼ਾਰ ਆ ਅੱਲਾਹ ਕਰੇ ਜਿਨ੍ਹਾਂ ਦੀਆਂ ਟੁਰ ਗਈਆਂ ਰੱਬ ਕਬਰਾਂ ਨੂੰ ਜੰਨਤ ਦੇ ਬਾਗ ਬਣਾਏ ਆਮੀਨ ਕਹੋ ਜੇ ਟੁਰ ਗਈ ਕਬਰ ਅੰਦਰ ਵੀਰੇ ਅਮਾ ਨਹੀਂ ਉਹ ਲੱਭਣੀ ਉਹ ਪਿਆਰੇ ਮਾਂ ਨਹੀਂ ਉਹ ਲੱਭਣੀ ਜੇ ਟੁਰ ਗਈ ਕਬਰ ਅੰਦਰ ਵੀਰੇ ਅਮਾ ਨਹੀਂ ਉਹ ਲੱਭਣੀ ਉਹ ਚੱਲਿਆ ਮਾਂ ਨਹੀਂ ਉਹ ਲੱਭਣੀ ਇਹੋ ਜੀ ਮਿੱਠੀ ਤੇ ਠੰਡੀ ਕਿਤੇ ਵੀ ਛਾਂ ਨਹੀਂ ਉਹ ਲੱਭਣੀ ਅਵੀਰਿਆ ਮਾਂ ਨਹੀਂ ਉਹ ਲੱਭਣੀ ਜਦੋਂ ਤੂੰ ਨਹੀਂ ਉਹ ਸਤਾਏਗੀ ਤੈਨੂੰ ਮਾਇਆਦ ਆਏਗੀ ਜਦੋਂ ਤੂੰ ਨਹੀਂ ਉਹ ਸਤਾਏਗੀ ਤੈਨੂੰ ਮਾਇਆਦ ਆਏਗੀ ਤੂੰ ਕਬਰ ਤੇ ਬਹਿ ਰੋਏਗਾ ਅੱਗੋਂ ਪਿਰਹਾ ਨਹੀਂ ਉਹ ਲੱਭਣੀ ਅਵੀਰਿਆ ਮਾਂ ਨਹੀਂ ਉਹ ਲੱਭਣੀ ਜੇ ਟੁਰ ਗਈ ਏ ਕਬਰ ਅੰਦਰ ਵੀਰਿਆ ਮਾਂ ਨਹੀਂ ਉਹ ਲੱਭਣੀ ਉਹ ਪਿਆਰੇ ਮਾਂ ਨਹੀਂ ਉਹ ਲੱਭਣੀ ਤੂੰ ਰੋਵੇਂਗਾ ਸਤਾਵੇਂਗਾ ਜੇ ਦਿਲ ਮੰਦਾ ਦੁਖਾਵੇਂਗਾ ਤੂੰ ਰੋਵੇਂਗਾ ਸਤਾਵੇਂਗਾ ਜੇ ਦਿਲ ਮੰਦਾ ਦੁਖਾਵੇਂਗਾ ਗਮਾ ਤੂੰ ਸਰ ਛੁਪਾਉਣ ਲਈ ਕਿਧਰੇ ਵੀ ਛਾਂ ਨਹੀਂ ਉਹ ਲੱਭਣੀ ਅਵੀਰਿਆ ਮਾਂ ਨਹੀਂ ਉਹ ਲੱਭਣੀ ਉਹ ਪਿਆਰੇ ਮਾਂ ਨਹੀਂ ਉਹ ਲੱਭਣੀ ਮੈਂ ਅਰਜ਼ ਕਰਨਾ ਚਾਹੁੰਦਾ ਉਮਰ ਫਰਮਾਉਂਦੇ ਨੇ ਵੈਸ ਤੇਰੀ ਅੰਮੀ ਦਾ ਕੀ ਬਣਿਆ ਫਰਮਾਇਆ ਅਮੀਰੁਲ ਮੋਮਿਨੀਨ ਮੇਰੀ ਮਾਂ ਜਿਉਂਦੀ ਏ ਮੈਂ ਆਪਣੀ ਅੰਮੀ ਦਾ ਖਿਦਮਤ ਗੁਜ਼ਾਰ ਅੰਮੀ ਦਾ ਤਾਬੇਦਾਰ ਪੜੋ ਜ਼ਰਾ ਰੱਬਿਰ ਹਮ ਹੋਮਾ ਪੜੋ ਰੱਬਿਰ ਹਮ ਹੋਮਾ ਕਮਾ ਰੱਬਾ ਯਾਨੀ ਸਗੀਰ ਕਾਇਦ ਜ਼ਿਲਾ ਸ਼ਾਹੀਦ ਖਤਮ ਨਬੂਵਤ ਫਜ਼ੀਲਤ ਸ਼ੇਖ ਹਾਫਿਜ਼ ਅਬਦੁਲ ਹਾਫਿਜ਼ ਮਜ਼ਰ ਸਾਹਿਬ ਹਾਫਿਜ਼ਹੁਲਾ ਤਾਲਾ ਅਮੀਰ ਮਰਕਜ਼ੀ ਜ਼ਿਲ੍ਹਾ ਸਿਆਲਕੋਟ ਮਾਸ਼ਾਅੱਲਾ ਤਸ਼ਰੀਫ ਲੈ ਆਏ ਨੇ ਅਹਲਨ ਵਸਾਹਲਨ ਮਰਹਬਾ ਜੀ ਆਇਆਂ ਨੂੰ ਖੁਸ਼ ਆਮਦੀਦ ਮਾਸ਼ਾਅੱਲਾ ਸਟੇਜ ਤੇ ਤਸ਼ਰੀਫ ਲੈ ਆਏ ਨੇ ਤੇ ਬਸ ਇਨਸ਼ਾਅੱਲਾ ਅਮੀਰ ਮੁਹਤਰਮ ਹੁਣ ਦੁਆ ਕਰਨ ਵਾਲੇ ਨੇ ਤੇ ਮੈਂ ਤੁਹਾਡੀ ਜਾਨ ਛੱਡਣ ਵਾਲਾ ਵਾਂ ਤਵੱਜੋ ਹੈ ਬਸ ਅੱਜ ਤੇ ਤੁਹਾਡੇ ਨਾਲ ਮੁਲਾਕਾਤ ਹੀ ਹੈ ਤਕਰੀਰ ਤੇ ਫਿਰ ਅਗਲੀ ਵਾਰੀ ਹੋਏਗੀ ਜਦੋਂ ਤੁਸੀਂ ਬਹਿ ਜਾਓਗੇ ਕੋਈ ਹਰਕਤ ਮਰਕਤ ਨਹੀਂ ਕਰੋਗੇ ਤਕਰੀਰ ਤੇ ਫਿਰ ਹੀ ਹੋਣੀ ਹੈ ਜੀ ਹਜ਼ਰਤ ਤਵੱਜੋ ਹੈ ਇਹ ਤੇ ਔਕੇ ਜੋ ਕਿ ਮੈਂ ਤਕਰੀਰ ਕਰ ਰਿਹਾ ਅਗਰ ਪ੍ਰੋਫੈਸਰ ਸਾਹਿਬ ਹੁੰਦੇ ਤੇ ਉਹ ਤਾਂ ਨਹੀਂ ਤਕਰੀਰ ਕਰ ਸਕਦੇ ਪ੍ਰੋਫੈਸਰ ਸਾਹਿਬ ਜਦੋਂ ਸਬਕ ਪੜਾਉਂਦੇ ਨੇ ਨਿਆਣੇ ਪਿਛਣੇ ਉਸਤਾਦ ਜੀ ਸਬਕ ਪੜਾ ਲਓ ਡਾਂਗ ਨੂੰ ਤੇਲ ਵੀ ਲਾ ਕੇ ਰੱਖਿਆ ਹੁੰਦਾ قائد پنجاب سفیر امن مفتی اعظم مفتی جماعت
मुजाहदे अंतक हजरत मौलाना मुफ्ती कफायतुल्ला शाकिर साहब हाफिज़हुल्लाह ताला आओ जी इत्थे मेरे कोल ही आ जाओ तशरीफ गेलो हजरत मुफ्ती कफायतुल्ला शाकिर साहब आ गए ने माशाल्लाह फाजले नौजवान हाफिज मोहम्मद सद्दाम रब्बानी साहब जनाब प्रोफेसर डॉक्टर सैफुर रहमान आसम साहब हाफिज़हुल्लाह ताला वो भी आ गए उलामा दा आना अल्लाह पाक कबूल फरमाए जिले की क़यादत भी आ गई पंजाब की क़यादत भी आ गई माशाल्लाह अल्लाह पाक हजरत मुफ्ती साहब नु तंदुरुस्ती वाली लंबी जिंदगी दे और सफीरे अमन शाहीन खत्मे नबूवत कायदे जिला अब्दुल हफीज मजर साहब हाफिज़हुल्लाह ताला हाफिज सद्दाम रब्बानी साहब और डॉक्टर सैफुर रहमान आसिम साहब दीगर मेहमाना ने गिरामी अल्लाह पाक कदम कदम ते सबना दी हिफाजत फरमाए सबना दी हाजरी कबूल फरमाए हजरात सैयदना उमर रजी अल्लाह ताला नु पूछ रहे ने जदों सारियां खबरां पशीन गोईयां पूरियां होईयां फरमाया अवैस मेरे लिए दुआए मगफरत ही कर दियो ते सैयदना अवैस फरमांदे ने तुसा नबी पाक दे सहाबी हो सही मुस्लिम दी रवायत ते तुहाडी शान बड़ी इथों ए भी पता लगा कि अवैस करनी सहाबी नहीं ताबी है उमर बिन खत्ताब सहाबी रसूल ने रजी अल्लाह ताला नु हजरत उमर फरमांदे ने अवैस तेरे मुतलक आमीना दे लाल ने जो खबरां दित्तियां ओ मेनू आन पूरियां होईयां ने अगली गल भी चक्कां दे पीर ने फरमाई कि जिंदे नाल अवैस दी मुलाकात होए अपने वास्ते दुआए मगफरत करवाए हजरात मैं तुहानू कोई चार पांच गल्लां सही अल बुखारी मुस्लिम जो सुनाईयां ने हजरात सौ अतरसा सिरे ते गंढ कुरान भी हक और सच ते नबी पाक दी बात भी हक और सच जिवें कुरान दीयां आयतां ने इंज नबी पाक दीयां बातां ने हुजूर दी किसे भी फरमाई हुई गल अंदर कोई शक दी गुंजाइश बोलो आखरी गल आका फरमांदे ने खैरुकुम मन तअल्लमल कुरान व अल्लमहू बेहतरीन बंदा नबी पाक फरमा रहे ने बेहतरीन बंदा होवे जेड़ा कुरान पाक दी तालीम हजरात अगे पढ़ांदा है सिखदा है सिखांदा है बेहतरीन नबी पाक ने कहा सल्लल्लाहु अलैहि वसल्लम ते साडे मोहतरम भाई हाफिज कारी मोहम्मद अब्दुल्ला आदिल साहब हाफिज़हुल्लाह ताला ने शानदार अकैडमी हजरात बच्चियां दी तरबियत वास्ते कुरान पाक हिफ्ज करन मां बाप की खिदमत करन मां बाप वास्ते नजात दा सरिया सदका जारिया बन अल्लाह करे रब सबना दी औलादा नू नेक बनाए आमीन कहो खुदा दी कसम इत्थे कई आवारा फिरदे रहिंदे ने ते गलियां दे अंदर ते मेरी तरफ वेखणा जदों मां-बाप फौत हो जांदे कई यूनिवर्सिटीआं दा उहनां नूं माहौल पसंद है ते जदों अब्बा फौत हो जाए अब्बे दे जनाजे ते हथ बन के खलोते हुंदे ने इह नहीं पता कि मैं कहड़ी दुआ पढ़ां कि मेरा रब मेरे अब्बू जी नूं मुआफ कर देवे हजारां वाकियात ने बैरून मुल्क चों डिग्रियां हासिल करने वाले खुदा दी कसम अब्बू नूं गुसल देण दा पता नहीं कि गुसल किवें देना अब्बा जी फौत हो गया जनाजा पढ़ाना ते बाद दी गल पढ़न दा नहीं पता कि मैं इमाम दे पिछे खड़ के केड़ी दुआ करां कि रब मेरे अब्बे नूं मुआफ कर देवे और मेरे प्यारे भाइयो ये सारियां गल्लां इस अकैडमी चों अल कुरान इस्लामिक अकैडमी इत्थों हासिल होणगीआं बच्चे पढ़ के जाणगे असीं तुर गए कम अज कम इतना ते कहणगे रब इरहम होमा जरा पढ़ो रब इरहम होमा कमार बयान सगीरा सीनियर सहाफियां ने एक खबर लिखी सोशल मीडिया ते बड़ी आम हुई है पाकिस्तान सोहराब साइकिल कंपनी साइकिल कदे चलाया अब बाबियां चलाया होना बुजुर्ग अजकल ते माशाल्लाह हजरात मुंडे काठी चलांदे ने सोहराब साइकिल कंपनी दा मालिक हजरात जिंदगी दा आखरी हफ्ता लाहौर हस्पताल जिंदगी और मौत की कसम कशंदर पिया रहा तीन बीवियां अगे फिर बच्चे भी एक बच्चा या कोई बीवी हस्पताल अंदर मुलाकात करनी नहीं।